ਅਸੀਂ ਆ ਸਾਰਾ ਸਮਾਨ ਜਿਹੜਾ ਨਾ ਮੋਟਰਸਾਈਕਲ 'ਤੇ ਰੱਖ ਕੇ ਇਹ ਦੇਖੋ ਵਿੱਚ ਮੋਟਰਸਾਈਕਲ ਰੱਖੇ ਦਾ ਅਤੇ ਅੱਗੇ ਸ਼ਾਨੀ ਭਾਈ ਡਰਾਈਵਰ ਕਰਨ ਡੇ ਨਾ ਮੋਟਰਸਾਈਕਲ ਚਲਾਉਣ ਡੇ ਆ ਅਤੇ ਮੈਂ ਪਿੱਛੇ ਸਾਰਾ ਸਮਾਨ ਫੜੇ ਦਾ ਅਤੇ ਬਾਕੀ ਤੁਹਾਨੂੰ ਦੱਸਣੇ ਆ ਉੱਥੇ ਜਾ ਕੇ ਸ਼ਾਨੀ ਭਾਈ ਇਹਨਾਂ ਨੇ ਕੀ ਪਕਾਉਣ ਲੱਗਿਆ ਅਤੇ ਉਹ ਫਿਰ ਤੁਹਾਨੂੰ ਉੱਥੇ ਜਾ ਕੇ ਦੱਸਣਾ ਸ਼ਾਨੀ ਭਾਈ ਕਿਹੜੀ ਰੈਸਪੀ ਬਣਾਉਣ ਲੱਗਿਆ ਉਹਦਾ ਨਾਮ ਉਹਨੂੰ ਨਹੀਂ ਕਰ ਕੇ ਸ਼ਾਨੀ ਦੱਸਿਆ ਉੱਥੇ ਜਾ ਕੇ ਤੁਹਾਨੂੰ ਦੱਸਣਾ ਕਿਸ ਜਗ੍ਹਾ 'ਤੇ ਬਣਾਉਣੀ ਹੈ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕਮ ਵੈਲਕਮ ਕਰਨਾ ਤਮਾਮ ਦੋਸਤਾਂ ਨੂੰ ਆਪਣੇ ਚੈਨਲ ਮਾਈ ਵਿਲੇਜ ਇਨਫੋ ਮੇ ਦੂਰ ਵੀ ਨਹੀਂ ਪਾਸ ਵੀ ਨਹੀਂ ਮੁਝੇ ਹੈ ਤੇਰਾ ਸਾਇਆ ਨਵੀਦ ਭਾਈ ਇੱਕ ਵਾਰੀ ਫਿਰ ਆਇਆ ਅਤੇ ਇੱਕ ਵਾਰੀ ਫਿਰ ਆਇਆ ਅਤੇ ਅੱਜ ਨਾ ਅੱਜ ਦਾ ਵਲੌਗ ਕਰਨੇ ਸ਼ੁਰੂ ਅਤੇ ਅੱਜ ਅਸੀਂ ਆਏ ਹਾਂ ਜੰਗਲ ਵਾਲੀ ਸਾਈਡ 'ਤੇ ਅਤੇ ਕੁਛ ਦੋਸਤਾਂ ਨੇ ਕੱਲ੍ਹ ਫੋਨ ਕੀਤਾ ਸੀ ਕਿ ਨਵੀਦ ਭਾਈ ਮੈਂ ਜਿਹਨਾਂ ਨਾਲ ਡਿਊਟੀ ਜੁਆਇਨ ਕਰ ਲਈ ਹੈ ਅਤੇ ਤੁਹਾਨੂੰ ਪਾਰਟੀ ਦੇਵਾਂਗੇ ਅਤੇ ਉਹ ਪਾਰਟੀ ਜਿਹਨਾਂ ਅੱਜ ਅਸੀਂ ਕਹਿ ਰਹੇ ਕੋਈ ਰੰਗ ਪਾਰਟੀ ਤੁਹਾਨੂੰ ਤਦ ਦੇਵਾਂਗੇ ਅਗਰ ਤੁਸੀਂ ਖੁਦ ਜਿਹੜਾ ਨਾ ਕਰੋਗੇ ਜਿਹੜੀ ਚੀਜ਼ ਵੀ ਕੋਈ ਪਕਾਉਣੀ ਹੈ ਕੁਕਿੰਗ ਵਗੈਰਾ ਕਰਨੀ ਤੁਸੀਂ ਖੁਦ ਕਰੋਗੇ ਅਤੇ ਮੈਨੂੰ ਤਾਂ ਕਰਨੀ ਨਹੀਂ ਆਉਂਦੀ ਅਤੇ ਨਾਲ ਮੇਰੇ ਸ਼ਾਨੀ ਵੀ ਆ ਜਿਹੜੇ ਦੂਸਰੇ ਦੋਸਤ ਨੇ ਉਹਨੂੰ ਤੁਹਾਨੂੰ ਬੁਲਾਉਂਦੇ ਹਾਂ ਅਤੇ ਸ਼ਾਨੀ ਕੁਕਿੰਗ ਕਰਨ ਡਿਆ ਸ਼ਾਨੀ ਨੂੰ ਪੁੱਛਣਾ ਕਿਹੜੀ ਰੈਸਪੀ ਇਹਨਾਂ ਨੂੰ ਤਿਆਰ ਕਰਨ ਡਿਆ ਅਤੇ ਉਹ ਫਿਰ ਤੁਹਾਨੂੰ ਦੱਸਣੇ ਆ ਸ਼ਾਨੀ ਕੀ ਪਕਾਉਣ ਡਿਆ ਅਤੇ ਕਿਸ ਤਰ੍ਹਾਂ ਦਾ ਪੱਕਦਾ ਉਹ ਤੁਹਾਨੂੰ ਬਾਅਦ ਦੱਸਾਂਗੇ ਖਾ ਪੀ ਕੇ ਅਤੇ ਪਹਿਲਾਂ ਤੁਹਾਨੂੰ ਮੈਂ ਸ਼ਾਨੀ ਨਾਲ ਮਿਲਾਉਣਾ ਸ਼ਾਨੀ ਬਾਈ ਉਹ ਪਿੱਛੇ ਲੁੱਕ ਕੇ ਕੁਕਿੰਗ ਕਰਨ ਡੇ ਦੇਣਾ ਇਸ ਵਾਸਤੇ ਕਿ ਹਵਾ ਇਹਨਾਂ ਥੋੜ੍ਹੀ ਤੇਜ਼ ਚੱਲਣ ਡੀ ਸੀ ਅਤੇ ਉਹਦੀ ਵਜ੍ਹਾ ਨਾਲ ਪ੍ਰੈਸ਼ਰ ਕੁੱਕਰ ਲੈ ਕੇ ਆਏ ਹਾਂ ਉਸ ਦਿਨ ਪਿੱਛੇ ਪਿਛਲੀ ਵੀਡੀਓ 'ਚ ਤੁਸੀਂ ਦੇਖਿਆ ਹੈਗਾ ਐਸੇ ਟਾਹਲੀ ਥੱਲੇ ਜਿਹਨਾਂ ਨੂੰ ਉਸ ਦਿਨ ਅਸੀਂ ਪਾਰਟੀ ਕੀਤੀ ਸੀ ਆਪਣੇ ਚੈਨਲ ਮੋਇੰਡਾਸ ਹੋਣ ਦੀ ਖੁਸ਼ੀ 'ਚ ਅਤੇ ਉਸ ਦਿਨ ਸਾਨੂੰ ਬੜੇ ਮਿਸਾਇਲ ਪੈਦਾ ਹੋਏ ਹਾਂ ਕਿ ਲੱਕੜੀਆਂ ਗਿੱਲੀਆਂ ਸਾਨੂੰ ਮਿਲੀਆਂ ਹਾਂ ਅਤੇ ਬੜੀ ਮੁਸ਼ਕਲ ਨਾਲ ਸਾਡੀ ਜਿਹੜਾ ਨਾ ਉਹ ਰੈਸਪੀ ਤਿਆਰ ਹੋਈ ਸੀ ਅਤੇ ਅੱਜ ਇਸ ਵਾਸਤੇ ਇਹਨਾਂ ਨੂੰ ਸਿਲੰਡਰ ਲੈ ਕੇ ਆਏ ਇੱਥੇ ਅਤੇ ਸਿਲੰਡਰ ਸ਼ਾਨੀ ਬਾਈ ਉਹ ਵਿੱਚ ਲੁੱਕ ਕੇ ਇਹਨਾਂ ਨੂੰ ਕਰਨ ਡੇ ਦੇਣਾ ਅਤੇ ਤੁਹਾਨੂੰ ਮੈਂ ਚਲੋ ਸ਼ਾਨੀ ਬਾਈ ਨਾਲ ਵੀ ਮਿਲਾਉਣਾ ਅਤੇ ਜਿੱਥੇ ਲੁੱਕ ਕੇ ਬਹਿ ਕੇ ਕਰਨ ਡੇ ਦੇਣ ਉਹ ਵੀ ਤੁਹਾਨੂੰ ਦੱਸਣਾ ਇਹਨਾਂ ਨੂੰ ਹੈਲੋ ਫਰੈਂਡਸ ਹੋਰ ਸ਼ਾਨੀ ਬਾਈ ਕੀ ਹਾਲ ਜੀ ਠੀਕ ਹੋ ਜ਼ਬਰਦਸਤ ਅਤੇ ਇਹ ਦੇਖੋ ਸ਼ਾਨੀ ਬਾਈ ਇਹਨਾਂ ਨੂੰ ਇਹ ਜੀ ਸ਼ਾਨੀ ਬਾਈ ਨੇ ਸੂਪ ਤਿਆਰ ਕੀਤੀ ਹੈ ਭਰਾ ਤੁਹਾਨੂੰ ਪਤਾ ਕਿ ਨਜ਼ਰ ਆਉਣ ਡੀ ਹੈ ਇਹ ਹੁਣ ਸੂਪ ਪੀ ਕੇ ਤੁਹਾਨੂੰ ਚੈੱਕ ਕਰਨੇ ਹਾਂ ਕਿ ਵਾਕਈ ਟੇਸਟ ਵਾਲੀ ਬਣੀ ਹੈ ਕਿ ਨਹੀਂ ਅਤੇ ਮੁਕੱਦਸ ਬਾਈ ਨੇ ਇਹ ਗਲਾਸ ਥੋੜ੍ਹੀ ਘੋਰ ਲੋ ਦਿੱਤੀ ਹੈ ਸ਼ਾਨੀ ਨੇ ਪਾਣੀ ਕਿਹਾ ਨਾ ਕਿ ਪਹਾੜ ਦੇ ਪੂਰਾ ਪ੍ਰੈਸ਼ਰ ਭਰ ਛੜੇ ਦਾ ਸੀ ਅਤੇ ਇਹ ਹੁਣ ਦੇਖਣੇ ਜਿਹਨਾਂ ਨੇ ਸ਼ਾਨੀ ਨੇ ਕਿਵੇਂ ਦਾ ਭਲਾ ਗੋਸ਼ਤ ਤਿਆਰ ਕੀਤਾ ਉਹ ਵੀ ਤੁਹਾਨੂੰ ਦੱਸਣੇ ਫਿਰ ਬਾਅਦ 'ਚ ਖਾ ਪੀ ਕੇ ਅਤੇ ਦੋਸਤੋ ਕੁਛ ਸਾਡੇ ਜਿਹੜਾ ਨਾ ਦੋਸਤ ਪਿੰਡ ਉਹਨਾਂ ਨੂੰ ਫੋਨ ਕੀਤਾ ਸੀ ਕਿ ਨਹਾਉਣ ਲੈ ਕੇ ਆਓ ਅਤੇ ਉਹ ਨਹਾਉਣ ਲੈ ਕੇ ਆਉਂਦੇ ਤੰਦੂਰ ਤੋਂ ਗਰਮ ਗਰਮ ਕਹਿ ਰਹੇ ਸਰ ਅਸੀਂ ਉਹਨਾਂ ਨੂੰ ਕਾਲ ਕੀਤੀ ਕਿ ਉਨੀ ਦੇਰ ਤੱਕ ਨਾ ਤੁਸੀਂ ਰੋਟੀਆਂ ਲੈ ਕੇ ਆ ਜਾਓਗੇ ਅਸੀਂ ਇੱਥੇ ਇਹਨਾਂ ਨੂੰ ਰੈਸਪੀ ਸ਼ਾਨੀ ਬਾਈ ਜਿਹੜੇ ਤਿਆਰ ਕਰਨ ਡੇ ਨਾ ਗਰਮਾ ਗਰਮ ਨਾਲ ਫਿਰ ਬਹਿ ਕੇ ਖਾਵਾਂਗੇ ਅਤੇ ਪਿੰਡੂ ਜਿਹੜੇ ਆਏ ਨੇ ਬਾਈ ਉਹ ਨੇ ਮੁਕੱਦਸ ਬਾਈ ਮੁਕੱਦਸ ਬਾਈ ਇਹ ਸਾਡੇ ਮੁਕੱਦਸ ਬਾਈ ਨੇ ਅਤੇ ਉਸ ਤੋਂ ਪਿੱਛੇ ਇਰਫਾਨ ਬਾਈ ਇਰਫਾਨ ਬਾਈ ਇਹ ਸਾਡੇ ਇਰਫਾਨ ਬਾਈ ਅਤੇ ਸ਼ਾਨੀ ਅਤੇ ਸੀਟੀ ਜਿਹੜਾ ਨਾ ਰਹੀ ਚੁੱਕ ਦਿੱਤੀ ਆ ਪ੍ਰੈਸ਼ਰ ਦੀ ਹੁਣ ਥੋੜ੍ਹੀ ਦੇਰ ਬਾਅਦ ਜਿਹੜਾ ਨਾ ਜਿਹੜਾ ਚਿਕਨ ਉਹ ਪੱਕ ਜਾਏਗਾ ਅਤੇ ਫਿਰ ਅਸੀਂ ਉੱਥੇ ਇਹਨਾਂ ਨੂੰ ਸੈਂਤਰ ਦੇ ਕਿਨਾਰੇ ਬਹਿ ਕੇ ਸਾਰੇ ਦੋਸਤ ਖਾਵਾਂਗੇ ਫਿਰ ਤੁਹਾਨੂੰ ਦੱਸਾਂਗੇ ਸ਼ਾਮੀ ਨੇ ਅੱਜ ਕਿਵੇਂ ਦਾ ਤਿਆਰ ਕੀਤਾ ਅਤੇ ਮਜ਼ਾ ਵੀ ਹੈ ਕਿ ਨਹੀਂ ਬਿਲਕੁਲ ਹੀ ਐਵੇਂ ਲੱਗੇ ਦਾ ਬਸ ਸ਼ਾਨੀ ਬਾਈ ਨੇ ਜਿਹੜਾ ਕੋਰਮਾ ਬਣਾਇਆ ਸੀ ਤਿਆਰ ਹੋ ਗਿਆ ਉੱਥੇ ਧਨੀਆ ਜਿਹੜਾ ਨਾ ਫਿਰ ਥੋੜ੍ਹਾ ਕੁ ਕਰ ਦਿੱਤਾ ਮਿਕਸ ਅਤੇ ਉਸ ਤੋਂ ਬਾਅਦ ਇਹਨੂੰ ਪਰਾਤ 'ਚ ਪਾਉਂਦੇ ਫਿਰ ਅਸੀਂ ਉੱਥੇ ਡੇਕ ਦੇ ਕਿਨਾਰੇ ਬਹਿ ਕੇ ਖਾਂਦੇ ਹਾਂ ਅਤੇ ਖੁਸ਼ਬੂ ਤਾਂ ਬੜੀ ਜ਼ਬਰਦਸਤ ਆ ਰਹੀ ਹੈ ਅਤੇ ਉਮੀਦ ਹੈ ਕਿ ਜ਼ਬਰਦਸਤ ਬਣਿਆ ਹੈਗਾ ਫਿਰ ਤੁਹਾਨੂੰ ਖਾ ਕੇ ਦੱਸਾਂਗੇ ਸਾਰੇ ਦੋਸਤ ਸਾਡੀ ਨਾ ਰੈਸਪੀ ਤਿਆਰ ਹੋ ਗਈ ਹੈ ਅਤੇ ਰੈਸਪੀ ਇਹ ਮਟਨ ਕੋਰਮਾ ਜਿਹੜਾ ਨਾ
ਬਣਾਇਆ। ਸ਼ਾਨੀ ਹੋਰਾਂ ਤਾਂ ਨਹੀਂ ਬਣਿਆ ਪਰ ਦਾਦੇ ਹੋਰਾਂ ਪਿੰਡੋਂ ਸੱਦਿਆ ਸੀ ਅਤੇ ਦਾਦੇ ਨੇ ਤਿਆਰ ਕੀਤਾ। ਅਤੇ ਇਹ ਨਾਲ ਮੁਕੱਦਸ ਬਾਈ ਅਤੇ ਇਹ ਸਾਡੇ ਅੱਜ ਦੇ ਮਹਿਮਾਨ ਇਸ਼ਤਿਆਕ ਬਾਈ ਅਤੇ ਉਹ ਪਰੇ ਫਰਹਾਨ ਬਾਈ ਅਤੇ ਇਸ਼ਤਿਆਕ ਬਾਈ ਹੋਰਾਂ ਜਿਹਨਾਂ ਡਿਊਟੀ ਜੁਆਇਨ ਕੀਤੀ ਸੀ ਅਤੇ ਇਹਨਾਂ ਨੇ ਸਾਨੂੰ ਪਾਰਟੀ ਦਿੱਤੀ ਹੈ ਅਤੇ ਉਹ ਅੱਜ ਅਸੀਂ ਬਹਿ ਕੇ ਇਹਨਾਂ ਨੇ ਸਾਰੇ ਦੋਸਤ ਇਕੱਠੇ ਡੇਕ ਦੇ ਕਿਨਾਰੇ ਬਹਿ ਕੇ ਖਾਵਾਂਗੇ ਅਤੇ ਹੁਣ ਅਸੀਂ ਲੱਗੇ ਸ਼ੁਰੂ ਕਰਨ ਅਤੇ ਖਾ ਕੇ ਫਿਰ ਤੁਹਾਨੂੰ ਦੱਸਣਾ ਕਿਸ ਤਰ੍ਹਾਂ ਦੀ ਬਣੀ ਆ ਅਤੇ ਫਿਰ ਤੁਹਾਨੂੰ ਮਿਲਦੇ ਹਾਂ। ਦੋਸਤੋ ਅਸੀਂ ਜਿਹੜਾ ਨਾ ਬੀਫ ਕੌਰਮਾ ਸ਼ਾਨੀ ਬਾਈ ਨੇ ਪਕਾਇਆ ਸੀ ਖਾਧਾ, ਬਹੁਤ ਹੀ ਮਜ਼ਾ ਆਇਆ ਅਲਹਮਦੁਲਿਲਾ। ਅਤੇ ਇਸ ਟਾਈਮ ਜਿਹਨਾਂ ਨੇ ਇੱਥੇ ਡੇਕ ਦੇ ਵਿੱਚ ਘੁੰਮਣ ਫਿਰਨ ਡਿਆ ਉਹ ਪਿੱਛੇ ਦੋਸਤ ਜਿਹੜੇ ਦੂਸਰੇ ਆਏ ਸ਼ਾਨੀ ਬਾਈ ਮੁਕੱਦਸ ਅਤੇ ਦਾਦਾ ਬਾਈ ਅਤੇ ਉਹਦਾ ਨਾਂ ਇਰਫਾਨ ਹੈ, ਵੈਸੇ ਦਾਦਾ ਅਸੀਂ ਕਹਿੰਦੇ ਹਾਂ। ਅਤੇ ਬੜਾ ਹੀ ਮਜ਼ਾ ਆਇਆ ਦੋਸਤੋ ਅੱਜ ਦੀ ਵੀਡੀਓ ਜਿਹੜੀ ਸਾਡੀ ਇੰਨੀ ਗਈ, ਅਗਰ ਚੰਗੀ ਲੱਗੇ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਜਿਹੜੇ ਭਾਈ ਮੇਰੇ ਚੈਨਲ 'ਤੇ ਨਏ ਨੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ। ਅਤੇ ਹੁਣ ਸਾਨੂੰ ਦਿਓ ਇਜਾਜ਼ਤ, ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਮਿਲਦੇ ਹਾਂ ਕਿਸੇ ਦੂਸਰੀ ਵੀਡੀਓ ਨਾਲ। ਅੱਲਾ ਹਾਫਿਜ਼। Okay.